ਓਪਨ ਵਰਕ ਪਰਮਿਟ ਕੈਂਡੀਡੇਟ ਨਾਲ ਜੋ ਫਰਾਡ ਤੇ ਸਕੈਮ ਕੀਤਾ ਜਾਂਦਾ ਹੈ ਮੈਸੇਜ ਅਪਡੇਟ ਨੂੰ ਲੈ ਕੇ ਇਦਾਂ ਦਾ ਕਿਸੇ ਪ੍ਰਕਾਰ ਦਾ ਕੋਈ ਵੀ ਪੈਸਾ ਤੁਸੀਂ ਕਿਸੇ ਨੂੰ ਚਾਰਜ ਨਹੀਂ ਕਰਨਾਗਾ ਕਿਉਂਕਿ ਬਹੁਤ ਕੈਂਡੀਡੇਟ ਤੋਂ ਜੋ ਪੈਸੇ ਆ ਉਹ ਮੈਸੇਜ ਅਪਡੇਟ ਦੇ ਨਾਂ ਤੇ ਚਾਰਜ ਕੀਤੇ ਜਾਂਦੇ ਆ ਦੇਖੋ ਸਭ ਤੋਂ ਪਹਿਲੀ ਗੱਲ ਕਿ ਤੁਹਾਡੀ ਮੈਸੇਜ ਅਪਡੇਟ ਉਦੋਂ ਹੁੰਦੀ ਹੈ ਜਦੋਂ ਤੁਹਾਡੀ ਐਮਬੈਸੀ ਦੇ ਵਿੱਚ ਫਾਈਲ ਲਾਂਚ ਹੁੰਦੀ ਆ ਦੂਜੀ ਗਾਦਾ ਜੇ 20 ਵਾਈਫ ਦੀ ਫਾਈਲ ਇਨ ਪ੍ਰੋਸੈਸ ਹੈ ਅੰਬੈਸੀ ਦੇ ਵਿੱਚ ਉਸ ਸਮੇਂ ਦੇ ਵਿੱਚ ਜੇ ਤੁਹਾਡੀ ਮੈਰਿਜ ਰਜਿਸਟਰ ਹੁੰਦੀ ਹੈ ਕੋਰਟ ਦੇ ਵਿੱਚ ਜਾਂ ਤੁਹਾਡੀ ਮੈਰਿਜ ਹੁੰਦੀ ਆ ਤਾਂ ਤੁਸੀਂ ਅੰਬੈਸੀ ਨੂੰ ਵੈਬ ਫਾਰਮ ਦੇ ਥਰੂ ਅਪਡੇਟ ਕਰ ਸਕਦੇ ਹੋ ਵੈਸੇ ਜੇ ਜਦੋਂ ਤੁਹਾਡੇ ਵਾਈਫ ਕੈਨੇਡਾ ਮੂਵ ਕਰਦੇ ਆ ਉਹ ਬੈਂਕ ਦੇ ਵਿੱਚ ਮਿਸਿਸ ਤੇ ਕਾਲਜ ਦੇ ਵਿੱਚ ਵੀ ਆਪਦੇ ਡਾਕਸ ਦੇ ਵਿੱਚ ਮਿਸਿਸ ਕਰਵਾ ਸਕਦੇ ਆ ਇਸ ਤੋਂ ਇਲਾਵਾ ਤੁਹਾਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਪੈਸਾ ਮੈਰਿਜ ਅਪਡੇਟ ਦੇ ਨਾਂ ਤੇ ਕਿਸੇ ਨੂੰ ਪੇ ਕਰਨ ਦੇ ਲੋਡ ਨੇ ਓਨਲੀ ਐਂਬੈਸੀ ਫੀਸ ਤੇ ਬਾਇਓਮੈਟ੍ਰਿਕ ਤੇ ਬਾਕੀ ਜੇ ਤੁਹਾਨੂੰ ਹੋਰ ਵੀ ਕੋਈ ਹੈਲਪ ਦੀ ਲੋੜ ਹੋਵੇ ਜਾਂ ਕਿਸੇ ਪ੍ਰਕਾਰ ਦਾ ਕੋਈ ਵੀ ਮਾਈਂਡ ਦੇ ਵਿੱਚ ਕੁਐਸਚਨ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਲੀਵ ਕਰ ਸਕਦੇ ਹੋ ਉਹਦਾ ਤੁਹਾਨੂੰ ਜੋ ਜਵਾਬ ਹੈ ਉਹ ਦਿੱਤਾ ਜਾਊਗਾ ਧੰਨਵਾਦ